ਦਾ ਨਾਂ ਹੈ ਜੀ ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਇਸ ਦੇ ਰਿਲੇਟਿਡ ਹੀ ਆਪਾਂ ਕੁਐਸਚਨ ਹੱਲ ਕਰਾਂਗੇ। ਸਾਡਾ ਪਹਿਲਾ ਕੁਐਸਚਨ ਹੈਗਾ ਇੱਕ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ ਆਰਥਿਕ ਸਮਾਜਿਕ ਤੌਰ 'ਤੇ ਅਧਿਕਾਰ ਕਰਨ ਨੂੰ ਕੀ ਕਹਿੰਦੇ ਹਨ? ਉੱਤਰ ਹੈ ਜੀ ਬਸਤੀਵਾਦ। ਨੈਕਸਟ ਕੁਐਸਚਨ, ਮਦਰਾਸ ਭਾਰਤ ਦੇ ਪੂਰਵੀ ਤੱਟ 'ਤੇ ਸਥਿਤ ਹੈ, ਇਸ ਦਾ ਵਰਤਮਾਨ ਨਾਂ ਚੇਨਈ ਹੈ, ਹੁਣ ਇਹ ਕਿਸ ਰਾਜ ਦੀ ਰਾਜਧਾਨੀ ਹੈ? ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ। ਅਗਲਾ ਕੁਐਸਚਨ, ਉਸ ਨਗਰ ਦਾ ਨਾਂ ਦੱਸੋ ਜਿਸ ਨੂੰ ਪੁਰਤਗਾਲੀਆਂ ਨੇ ਆਪਣੀ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਕਰਨ ਸਮੇਂ ਇੰਗਲੈਂਡ ਨੂੰ ਦਾਜ ਦੇ ਰੂਪ ਵਿੱਚ ਦਿੱਤਾ ਸੀ? ਉੱਤਰ ਹੈ ਬੰਬਈ, ਵਰਤਮਾਨ ਨਾਂ ਇਸਦਾ ਜੀ ਮੁੰਬਈ। ਨੈਕਸਟ ਕੁਐਸਚਨ, ਵਿਕਟੋਰੀਆ ਬਾਗ ਕਿੱਥੇ ਸਥਿਤ ਹੈ? ਆਂਸਰ ਮੁੰਬਈ ਵਿਖੇ। ਨੈਕਸਟ ਕੁਐਸਚਨ, ਕਲਕੱਤੇ ਦਾ ਵਰਤਮਾਨ ਨਾਂ ਕੀ ਹੈ? ਉੱਤਰ ਹੈ ਜੀ ਕੋਲਕਾਤਾ। ਨੈਕਸਟ ਕੁਐਸਚਨ ਲੈਂਦੇ ਹਾਂ ਆਪਾਂ, ਹਾਵੜਾ ਪੁਲ ਅਤੇ ਵਿਕਟੋਰੀਆ ਮੈਮੋਰੀਅਲ ਕਿਸ ਸ਼ਹਿਰ ਵਿੱਚ ਸਥਿਤ ਹੈ? ਆਂਸਰ ਹੈ ਕੋਲਕਾਤਾ। ਅਗਲਾ ਕੁਐਸਚਨ, ਈਸਟ ਇੰਡੀਆ ਕੰਪਨੀ ਦੁਆਰਾ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਵਿੱਚ ਨਗਰ ਪਾਲਿਕਾ ਭਾਵ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ? ਉੱਤਰ ਹੈ ਮਦਰਾਸ ਕਹਿੰਦੇ ਹਨ। ਨੈਕਸਟ ਕੁਐਸਚਨ, ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਆਂਸਰ ਹੈ ਜੀ ਲਾਰਡ ਡਲਹੌਜ਼ੀ ਨੇ। ਨੈਕਸਟ ਕੁਐਸਚਨ, ਪੁਲਿਸ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਉੱਤਰ ਹੈ ਲਾਰਡ ਕਾਰਨਵਾਲਿਸ ਨੇ। ਨੈਕਸਟ ਕੁਐਸਚਨ, ਅੰਗਰੇਜ਼ਾਂ ਵੇਲੇ ਥਾਣੇ ਦੇ ਮੁਖੀ ਨੂੰ ਕੀ ਕਹਿੰਦੇ ਸਨ? ਉੱਤਰ ਹੈ ਜੀ ਦਰੋਗਾ, ਦਰੋਗਾ ਕਹਿੰਦੇ ਸੀ। ਸਾਹਿਤ ਦੇ ਰਿਲੇਟਿਡ ਕੁਝ ਕੁਐਸਚਨਾਂ ਨੂੰ ਆਪਾਂ ਇੱਥੇ ਹੱਲ ਕਰਾਂਗੇ। ਜਿਵੇਂ ਕਿ ਪਹਿਲਾ ਕੁਐਸਚਨ ਹੈ, ਭਾਸ਼ਾ ਦੇ ਰੂਪ ਨਾਵਲ, ਕਹਾਣੀ, ਕਥਾ, ਕਵਿਤਾ, ਨਾਟਕ ਆਦਿ ਨੂੰ ਸਮੂਹਿਕ ਰੂਪ ਵਿੱਚ ਕੀ ਕਹਿੰਦੇ ਹਨ? ਤਾਂ ਉੱਤਰ ਹੈ ਜੀ ਸਾਹਿਤ। ਨੈਕਸਟ ਕੁਐਸਚਨ, ਬੰਗਾਲੀ ਭਾਸ਼ਾ ਦੇ ਕਿਸੇ ਇੱਕ ਲੇਖਕ ਦਾ ਨਾਂ ਦੱਸੋ? ਉੱਤਰ ਹੈ ਜੀ ਬੰਕਿਮ ਚੰਦਰ ਚੈਟਰਜੀ। ਇਹ ਕਿ ਜੀ ਬੰਗਾਲੀ ਭਾਸ਼ਾ ਦੇ ਇੱਕ ਲੇਖਕ ਨੇ। ਨੈਕਸਟ ਕੁਐਸਚਨ ਲੈਂਦੇ ਹਾਂ, ਕੁਐਸਚਨ ਹੈ ਜੀ ਬੰਗਾਲੀ ਭਾਸ਼ਾ ਦੇ ਕਿਸ ਨਾਵਲ ਨੂੰ ਬੰਗਾਲੀ ਦੇਸ਼ ਪ੍ਰੇਮ ਦੀ ਬਾਈਬਲ ਕਹਿੰਦੇ ਹਨ? ਆਂਸਰ ਹੈ ਆਨੰਦ ਮੱਠ। ਨੈਕਸਟ ਕੁਐਸਚਨ, ਮੁਨਸ਼ੀ ਪ੍ਰੇਮ ਚੰਦ ਦੇ ਉਹਨਾਂ ਨਾਵਲਾਂ ਦੇ ਨਾਂ ਦੱਸੋ ਜਿਨ੍ਹਾਂ ਵਿੱਚ ਉਸਨੇ ਅੰਗਰੇਜ਼ੀ ਸਰਕਾਰ ਦੁਆਰਾ ਕਿਸਾਨਾਂ ਦੇ ਸ਼ੋਸ਼ਣ ਦੀ ਜਾਣਕਾਰੀ ਦਿੱਤੀ ਹੈ? ਉੱਤਰ ਹੈ ਜੀ ਗੋਦਾਨ ਅਤੇ ਰੰਗ ਭੂਮੀ। ਨੈਕਸਟ ਕੁਐਸਚਨ, ਅੰਗਰੇਜ਼ੀ ਭਾਸ਼ਾ ਵਿੱਚ ਨਾਟਕ ਲਿਖਣ ਵਾਲੇ ਕਿਸੇ ਇੱਕ ਭਾਰਤੀ ਦਾ ਨਾਂ ਲਿਖੋ? ਉੱਤਰ ਹੈ ਆਰ ਕੇ ਨਾਰਾਇਣ। ਬੰਗਾਲੀ ਭਾਸ਼ਾ ਵਿੱਚ ਸੰਵਾਦ ਕੌਮ ਦੀ ਅਖਬਾਰ ਕਿਸ ਨੇ ਕੱਢਿਆ? ਉੱਤਰ ਹੈ ਜੀ ਰਾਜਾ ਰਾਮ ਮੋਹਨ ਰਾਏ। ਨੈਕਸਟ ਕੁਐਸਚਨ, ਮਰਾਠੀ ਭਾਸ਼ਾ ਵਿੱਚ ਕੇਸਰੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਅਖਬਾਰ ਕਿਸ ਨੇ ਕੱਢੇ? ਆਂਸਰ ਹੈ ਜੀ ਬਾਲ ਗੰਗਾਧਰ ਤਿਲਕ। ਨੈਕਸਟ ਕੁਐਸਚਨ, ਬੜੌਦਾ ਯੂਨੀਵਰਸਿਟੀ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਦਾ ਨਾਂ ਦੱਸੋ? ਆਂਸਰ ਹੈ ਗੁਲਾਮ ਸ਼ੇਖ। ਨੈਕਸਟ ਕੁਐਸਚਨ, ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਜਿਸ ਨੂੰ ਅੱਜ ਕੱਲ੍ਹ ਛੱਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਾਲਿਆ ਕਿਹਾ ਜਾਂਦਾ ਹੈ, ਕਿਸ ਸ਼ਹਿਰ ਵਿੱਚ ਸਥਿਤ ਹੈ? ਆਂਸਰ ਹੈ ਮੁੰਬਈ। ਨੈਕਸਟ ਕੁਐਸਚਨ, ਚੇਨਈ ਵਿੱਚ ਪ੍ਰਸਿੱਧ ਸਮੁੰਦਰੀ ਕਿਨਾਰੇ ਦਾ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਇਸ ਦੀ ਲੰਬਾਈ ਕਿੰਨੀ ਹੈ? ਆਂਸਰ ਹੈ ਮੈਰੀਨਾ ਬੀਚ, ਲੰਬਾਈ ਹੈ 6 ਕਿਲੋਮੀਟਰ। ਨੈਕਸਟ ਕੁਐਸਚਨ, ਪੰਜਾਬ ਵਿੱਚ ਛਪਣ ਵਾਲੇ ਇੱਕ ਪੁਰਾਣੇ ਅਖਬਾਰ ਸਮੂਹ ਦਾ ਨਾਂ ਦੱਸੋ? ਆਂਸਰ ਹੈ ਟ੍ਰਿਬਿਊਨ। ਨੈਕਸਟ ਚੈਪਟਰ ਹੈਗਾ ਜੀ ਰਾਸ਼ਟਰੀ ਅੰਦੋਲਨ। ਫਸਟ ਕੁਐਸਚਨ ਲੈਂਦੇ ਹਾਂ, ਕਿਸੇ ਦੇਸ਼ ਦੇ ਨਾਗਰਿਕਾਂ ਵਿੱਚ ਪਾਈ ਜਾਣ ਵਾਲੀ ਭਾਵਨਾ ਜਿਸ ਤੋਂ ਉਹਨਾਂ ਨੂੰ ਇਹ ਲੱਗੇ ਕਿ ਉਹ ਸਾਰੇ ਇੱਕ ਰਾਸ਼ਟਰ ਨਾਲ ਸੰਬੰਧ ਰੱਖਦੇ ਹਨ, ਇਸ ਭਾਵਨਾ ਨੂੰ ਕੀ ਕਹਿੰਦੇ ਹਨ? ਆਂਸਰ ਹੈ ਰਾਸ਼ਟਰੀ ਚੇਤਨਾ। ਅਗਲਾ ਕੁਐਸਚਨ, ਭਾਰਤ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਣ ਦਾ ਕੋਈ ਇੱਕ ਕਾਰਨ ਦੱਸੋ? ਆਂਸਰ ਹੈ ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ। ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗਾ, ਇਹ ਸ਼ਬਦ ਕਿਸ ਦੇ ਸਨ? ਆਂਸਰ ਹੈ ਬਾਲ ਗੰਗਾਧਰ ਤਿਲਕ। ਨੈਕਸਟ ਕੁਐਸਚਨ, ਕਿਹੜੇ ਸੁਧਾਰ ਐਕਟ ਰਾਹੀਂ ਮੁਸਲਮਾਨਾਂ ਲਈ ਵੱਖਰੀ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ? ਉੱਤਰ ਹੈ 1909 ਮਿੰਟੋ ਮਾਰਲੇ ਸੁਧਾਰ ਐਕਟ। ਨੈਕਸਟ ਕੁਐਸਚਨ, ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਕਿਸੇ ਇੱਕ ਮੁੱਖ ਨੇਤਾ ਦਾ ਨਾਂ ਦੱਸੋ? ਆਂਸਰ ਹੈ ਸਰਦਾਰ ਅਜੀਤ ਸਿੰਘ, ਜਿਹੜੇ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਨ।
नैक्सट क्वेश्चन, गदर पार्टी ने अपने विचारां दा प्रचार करन लई केड़ा अखबार कढ़िया। आंसर है गदर, गदर नां दा अखबार कढ़िया। नैक्सट क्वेश्चन, पुणे विखे होम रूल की स्थापना किसने की? आंसर है बाल गंगाधर तिलक। नैक्सट क्वेश्चन, मुस्लिम लीग राजनीतिक संस्था केड़े वर्ग की संस्था है? आज ही मुसलमाना दी एक संस्था है। नैक्सट क्वेश्चन, मुस्लिम लीग की स्थापना कदों हुई? सन 1906 ईस्वी विच इसकी स्थापना हुई। नैक्सट क्वेश्चन, कानून निर्माण कौंसिल्स विच किस एक्ट राही भारतीय प्रतिनिधता दी गई? उत्तर है इंडियन कौंसिल एक्ट 1892। नैक्सट क्वेश्चन, गदर पार्टी की स्थापना कितने हुई? आंसर है अमरीका के शहर सान फ्रांसिस्को विच। नैक्सट चैप्टर है जी भारतीय स्वतंत्रता लई एक संघर्ष। फस्ट क्वेश्चन, इतिहास के किस काल में गांधी युग कहा जाता है? आंसर है जी 1919 ईस्वी तो लैके 1947 ईस्वी तक के काल में गांधी युग कहा जाता है। नैक्सट क्वेश्चन, जलियांवाले बाग के खूनी साके विच किन्ने लोग मारे गए अते किन्ने जख्मी हो? आंसर है 1000 लोग मारे गए अते 3000 तो वध जख्मी होए। नैक्सट क्वेश्चन, 1920 ईस्वी विच महात्मा गांधी ने अंग्रेजी सरकार खिलाफ केड़ा अंदोलन शुरू किया? आंसर है ना मिलवर्तन अंदोलन। नैक्सट क्वेश्चन, भगत सिंह राजगुरु अते सुखदेव नू लाहौर जेल विच फांसी कदों दी गई? आंसर है 23 मार्च 1931। नैक्सट क्वेश्चन, 1923 ईस्वी विच स्वतंत्रता प्राप्त करने लई स्वराज पार्टी की स्थापना किसने की? आंसर है जी पंडित मोतीलाल नेहरू अते सी आर दास। नैक्सट क्वेश्चन, 26 जनवरी 1930 ईस्वी नू सारे भारत विच केड़ा दिवस मनाया गया? आंसर है स्वतंत्रता दिवस। नैक्सट क्वेश्चन, सुभाष चंद्र बोस ने की नारा दिता? आंसर, तुसी मैनू खून दिओ मैं तुहानू आज़ादी देंगा। अगला चैप्टर है जी स्वतंत्रता तो बाद भारत। फस्ट क्वेश्चन, भारतीय संविधान बनके कदों तैयार होया? आंसर है 26 नवंबर 1949 नू भारतीय संविधान बनके। नैक्सट क्वेश्चन, आजाद भारत के पहले राष्ट्रपति का नाम दसो? आंसर है डॉक्टर राजेंद्र प्रसाद। नैक्सट क्वेश्चन, राज्यां दा पुनर्गठन करन लई नियुक्त किए गए कमीशन दे किन्ने मेंबर सन? आंसर है 3। नैक्सट क्वेश्चन, कारगिल दा युद्ध कदों होया? 1999 ईस्वी विच कारगिल दा युद्ध होया। नैक्सट क्वेश्चन, गुट निर्लेप दी पहली कॉन्फ्रेंस कदों अते किते होई? आंसर है 1961 ईस्वी विच बेलग्रेड विच फर्स्ट कॉन्फ्रेंस। नैक्सट क्वेश्चन, भारत ने 1954 ईस्वी विच चीन नाल एक समझौता किया, यह समझौता किहड़े सिद्धांतों पर आधारित सी? आंसर है पंचशील सिद्धांतों पर आधारित सी। नैक्सट क्वेश्चन, भारतीय संविधान को तैयार करने विच कितना समय लगा? आंसर है जी 2 साल 11 महीने 18 दिन। नैक्सट क्वेश्चन, भारत अते चीन विचकार युद्ध कदों होया? आंसर 1962 ईस्वी विच। नैक्सट चैप्टर है जी संविधान अते कानून। फस्ट क्वेश्चन, उन्हां नियमां दे संग्रह नूं जिन्हां दे आधार ते देश दा प्रशासन चलाया जांदा है की कहिंदे हन? आंसर है संविधान। नैक्सट, भ्रूण हत्या दा मूल कारण केड़ी प्रथा है? आंसर है दाज प्रथा। नैक्सट क्वेश्चन, देश दा सर्वोच्च कानून किसनूं मनिया जांदा है? वो है जी संविधान नूं, संविधान नूं देश दा सर्वोच्च कानून मनिया जांदा है। नैक्सट क्वेश्चन, दाज विरोधी एक्ट कदों पास किया गया? आंसर है 1961 ईस्वी। नैक्सट क्वेश्चन, न्यायिक पुनर्निरीक्षण की शक्ति सरकार के केड़े अंग कोल है? आंसर न्यायपालिका। नैक्सट क्वेश्चन, केड़ियां राज सरकारां द्वारा शराबबंदी कानून पास किए गए हैं? आंसर है गुजरात, हरियाणा अते केरला। नैक्सट क्वेश्चन, धर्म निरपक्षता तो की भाव है? धर्म निरपक्षता तो भाव है सारे धर्मां नूं बराबर समझना। नैक्सट क्वेश्चन, भारतीय संविधान कदों लागू किया गया? 26 जनवरी 1950 ईस्वी नूं लागू किया गया अते बनिया कदों सी? 26 नवंबर 1949 नूं। नैक्सट क्वेश्चन, भारतीय संविधान विच धर्म निरपक्षता नूं लागू करन दा मुख उद्देश की सी? आंसर,
देश नूं धार्मिक तौर ते आजाद करना। नैक्सट क्वेश्चन, संविधान दे किस अनुच्छेद विच समानता दा अधिकार दिता गया है? वह है जी अनुच्छेद 14 तो लैके 18 तक। नैक्सट क्वेश्चन, समानता तो की भाव है? आंसर, कानून दे सामने सारे नागरिक हर पक्षों समान हैं। नैक्सट क्वेश्चन, न्याय तो की भाव है? आंसर, बिना किसी भेदभाव तो सारियां नूं बराबर मौके देना जां सही गलत दा निर्तारा करना। क्वेश्चन है, जो अधिकार व्यक्ति दी मानसिक शरीरक सभ्याचारक भाव सर्वपक्षी विकास लिए जरूरी हैं उन्हां नूं केड़े अधिकार कहा जाता है? आंसर है, मुढ़ले अधिकार। नैक्सट क्वेश्चन, भारत के संविधान विच मुढ़ले अधिकार केड़े देश दे संविधान दी तर्ज ते दर्ज किए जाते हैं? आंसर है, संयुक्त राज अमरीका। नैक्सट क्वेश्चन, भारत के संविधान विच मुढ़ले अधिकार केड़े अनुच्छेद तो केड़े अनुच्छेद तक दर्ज हैं? आंसर है, अनुच्छेद 14 तो लैके 32। नैक्सट क्वेश्चन, मौलिक अधिकारां नूं लागू कराउण लई भारत के संविधान विच केड़े अनुच्छेद दी व्यवस्था की गई है? आंसर, अनुच्छेद 32 दी व्यवस्था की गई है। नैक्सट क्वेश्चन, बच्चों की सिक्ख्या के अधिकार नूं मौलिक अधिकारां दी श्रेणी विच कदों शामिल किया गया? सन 2002 विच शामिल किया गया। नैक्सट क्वेश्चन, संविधान के किहड़े अनुच्छेद अधीन धर्म के आधार पर वितकरा करन दी मनाही की गई है? अनुच्छेद नंबर 25। नैक्सट क्वेश्चन, कानून दीआं नज़रां विच ऊंच नीच अमीर गरीब रंग नसल धर्म अते लिंग के आधार पर कोई वितकरा नहीं किया जाता, इस तों तुहानूं किहड़े अधिकारां दा पता लगता है? आंसर है, समानता के अधिकार का पता लगता है। नैक्सट क्वेश्चन, भारत के नागरिकां नूं अपनी इच्छा अनुसार कोई भी धर्म अपनाउण दी पूरी खुल है। भारतीय संविधान की यह विशेषता नागरिकां दे किहड़े मौलिक अधिकार नूं दर्शाउंदी है? आंसर है, धार्मिक आजादी का अधिकार। नैक्सट क्वेश्चन, भारत के नागरिकां दे मौलिक अधिकारां दी उलंघना होण ते न्यायपालिका दी शरण लई जा सकती है, यह व्यवस्था किहड़े अधिकार अधीन की गई है? आंसर है, संविधानिक उपचारां दे अधिकार अंदर की गई है।